ਬੱਚਿਆਂ ਉਹਨਾਂ ਮੁਸਾਫਰਾਂ ਦੀ ਫਰਿਸ਼ਤ ਬਣਾ ਜਿਹਨਾਂ ਨਾਲ ਮਿਲਣਾ। ਜਿਹੜਾ ਹੈਰਾਨ ਹੋਈ ਉਹ ਛੁੱਟੀ ਹੈ, ਜਿਹੜਾ ਮਜਲਿਸ ਵਿੱਚ ਹਾਜ਼ਰ ਹੈ, ਮੈਂ ਗਰੀਬਾਂ ਦੀ ਤਿਆਰੀ ਦੀ ਸਦਰ ਖੜਾ ਪੜਦਾ। ਨੁਸਰਤ ਅਬਾਸ ਬੈਠਾ ਕੌਣ ਹੈ? ਇੱਕ ਕੁਰਸੀ ਤੇ ਬਾਦਸ਼ਾਹ ਹੁਸੈਨ ਬੈਠੇ, ਦੂਜੀ ਤੇ ਅਬਾਸ ਬੈਠੇ, ਤੀਜੀ ਤੇ ਅਬਾਸ ਦੀ ਅੰਮਾ ਬੈਠੀ ਹੈ। ਅੱਡਾ ਹੁਸੈਨ ਬਾਦਸ਼ਾਹ ਨਾ ਦੱਸੇ ਨਹੀਂ, ਅਬਾਸ ਲਿਖੇ ਨਹੀਂ, ਮੇਰੀ ਸੈਨ ਤੋਂ ਕੁਰਸੀ ਛੁੱਟੀ ਹੈ। ਆਦੀ ਅਬਾਸ ਮੈਨੂੰ ਦੇਖ, ਮੈਂ ਤਰੀਕੇ ਲੱਗਦੀ ਆ। ਤੂੰ ਮੇਰੀ ਮਾਂ ਹੈ, ਮਾਂ ਹੋ ਕੇ ਤੇਰੀ ਮਿੰਨਤ ਕਰੇ ਨੀ ਆ, ਤੇਰੀ ਜ਼ਿੰਦਗੀ ਵਿੱਚ ਮੇਰਾ ਹੁਸੈਨ ਹੋਵੇ ਨਹੀਂ। ਕਹਿ ਤੂੰ ਸਮਾ ਲਈਏ ਮੇਰੀ ਜਿਹੜਾ ਹਾਜ਼ਰ ਹੈ ਉਹਦੇ ਹਾਲ ਤੈਨੂੰ ਬਾਬਾ ਜੀ ਅਲਹਮਦੁਲਿਲਾ। ਤੇਰੀ ਜ਼ਿੰਦਗੀ ਵਿੱਚ ਮੇਰਾ ਹੁਸੈਨ, ਅੰਮਾ ਤਾਮੀਲ ਉਸ ਬੀਬੀ ਤੇ ਜਿਹੜੀ ਗੱਲ ਮੈਂ ਪਿਆ ਦੀਆਂ ਨਾ ਮੂੰਹ ਲਿਖੇ ਜਿਵੇਂ ਹੁਸੈਨ ਆਖ ਅਲਮਾਨ ਸੈਦ ਅਲੇ ਅਬਾਸ ਲਿਖ ਬਿਸਮਿਲ੍ਲਾਹ ਰਹਿਮਾਨ ਰਹੀਮ ਅਬਾਸ ਲਿਖੇ ਤਲਵੀ ਸੱਤਰ ਅਬਾਸ ਆਪਣੀ ਮਰਜ਼ੀ ਨਾਲ ਲਿਖਣ ਲੱਗੇ ਨਸਰ ਮਿਨ ਅੱਲਾਹ ਛੱਬੀ ਦਾ ਦੇ ਕੱਟ ਚਾ ਲਿਖ ਇਹਨਾਂ ਨੇ ਲਾ ਹੈ ਸ਼ਹੀਦ ਮਿਲਤ ਆਪਣੀ ਕਿਤਾਬ ਖੁਤਬਾ ਤੇ ਮੋਹਸਨ ਸਤਰਾਂ ਲਿਖੀਆਂ ਅਬਾਸ ਦੇ ਜਿਗਰ ਤੇ ਨਿਸ਼ਤਰ ਚਲੇ ਹੱਥ ਕੰਬਦੇ ਕਲਮ ਕੰਬਦੇ ਕੰਬਦੇ ਹੱਥਾਂ ਨਾਲ ਜ਼ੇ ਅਲਹਿਦਾ ਯੇ ਅਲਹਿਦਾ ਨੂਨ ਅਲਹਿਦਾ ਤੇ ਬੇ ਅਲਹਿਦਾ ਜਦ ਅਲਹਿਦਾ ਹਰਫ ਲਿਖੇ ਤੇ ਸ਼ਬੀਰ ਦੀ ਪਈ ਹੈ ਨਿਗਾਹ ਕੁਰਸੀ ਛੁੱਟ ਗਈ ਹੈ ਅਰੇ ਸ਼ਾਬਾਸ਼ ਮੇਰਾ ਲਾਇਕ ਵੀ ਹੋਣਾ ਮਦੀਨੇ ਮਾਹੇ ਕੇ ਮੰਦ ਕਰ ਛੋੜੀ ਗਈ ਜਿਵੇਂ ਹਰ ਫਲੇ ਦਾ ਲਿਖੇ ਨਹੀਂ ਨਾ ਮੇਰੇ ਕੁਸਣ ਦੇ ਬਾਅਦ ਹੀ ਜ਼ੇਵਰ ਪਾ ਕੇ ਸਫ਼ਰ ਹੀ ਮੈਂ ਕਰਨਾ ਸ਼ਾਬਾਸ਼ ਸ਼ਾਬਾਦ ਰਹਿ ਆਬਾਦ ਰਹਿ ਆਬਾਦ ਰਹਿ ਮੇਰੇ ਦੇਖੇ ਮੇਰੀ ਬੇ ਔਲਾਦ ਭੇਡ ਦਾ ਨਾਮ ਲਿਖ ਲਿਖਾ ਵੀ ਹੈ ਬਦ ਸ਼ਬੀਰ ਫਰਮਾਏ ਹੁਣ ਆਪਣੀ ਭੇਣ ਦਾ ਨਾਮ ਲਿਖ ਜਿਹੜਾ ਹਾਜ਼ਰ ਨਹੀਂ ਹੁੰਦੀ ਕਿਹੜੀ ਮਿੰਨਤ ਹੈ ਮੈਂ ਵਾਸਤਾ ਦੇਵਾਂ ਤੇ ਹਾਇ ਥੀ ਵੇ ਕਿਉਂ ਡਿਵਟੀ ਏ ਪੜਦਾ ਖੜਾ ਜਿਗਰ ਚ ਦਰਦ ਨਾ ਹੋਵੇ ਆ ਤਈ ਵੇਲੇ ਨਬਾਹ ਮੇ ਹਾ ਆਪਣੀ ਭੇਣ ਦਾ ਨਾਮ ਇੱਕ ਸਰ ਤੋਂ ਅਮਾਮਾ ਲਹਾ ਕੇ ਸ਼ਬੀਰ ਦੇ ਕਦਮਾਂ ਚ ਰੱਖ ਕੇ ਬੈਠੇ ਨੌਕਰ ਦੀ ਹੈਸੀਅਤ ਇਜ਼ਹਾਰ ਕਰੇ ਨਾ ਜਦੋਂ ਨੌਕਰ ਦੀ ਭੇਣ ਜੁਲਦੀ ਹੈ ਆਲੀਆ ਤੋਂ ਨਾਲ ਕਿਉਂ ਲੈਂਦਾ ਨਹੀਂ ਕਹੀ ਹੈ ਤੇਰੀ ਆਬਾਦ ਰਾਏ ਇੱਕ ਸਫਰਾਂ ਦੇ ਨਾ ਦੀਏ ਇਹ ਤਾਂ ਵਿਹੜੇ ਕਦਮ ਨਹੀਂ ਤੁਰੀ ਇਹ ਤਾਂ ਨਾਨੇ ਦੇ ਰੌਲੇ ਗਧਰਾ ਖੁਆਉਂਦੀਏ ਇਹਨਾਂ ਸੂਰਜ ਹਯਾ ਕਰੇ ਫਰਮਾਇਆ ਮਿਸ਼ਨ ਦੀ ਭਾਈਵਾਲ ਹੈ ਇਹ ਨਾਲ ਨਾ ਜੁਲੇ ਮਕਸਦ ਪੂਰਾ ਨਹੀਂ ਬਸ ਛੋੜ ਦਿੱਤੀ ਬਾਤ ਇੱਜ਼ਤ ਅਲੇ ਵੀਰ ਦੇ ਹਵਾਲੇ ਮਿੰਬਰ ਕਰਨਾ ਚਾਹਨਾ ਹਰਮਾਂ ਦੇ ਨਾਂ ਲਿਖਾ ਜਿਹਨਾਂ ਲਫ਼ਜ਼ਾਂ ਵਾਸਤੇ ਮਿਹਨਤ ਕੀਤੀ ਹੈ ਇੱਕ ਦੋ ਵਹਿਣ ਪੜਨ ਸ਼ਬੀਰ ਫਰਮਾਏ ਅਬਾਸ ਜੀ ਸਰਦਾਰ ਮੇਰੀਆਂ ਧੀਆਂ ਦੇ ਨਾਮ ਲਿਖ ਕੋਈ ਤਾਂ ਬੈਠੇ ਮੈਂ ਸਾਹਿਬ ਸੁਣਨਾ ਧੀਆਂ ਦੇ ਨਾਮ ਦੱਸੋ ਸਰਦਾਰ ਮੈਂ ਨਾਮ ਪਾਕ ਨਹੀਂ ਚਾਹੇ ਹਾਜ਼ਰ ਹੈ ਤਾਂ ਮਸਾਹਿਬ ਦੱਸੋ ਸਰਦਾਰ ਸੈਯਦ ਆਦੇ